ਕੀ ਬਲਾ ਉਹ ਸਾਡੇ ਨਵੀਨ ਭਾਈ ਵੀ ਜਾਣਦੇ ਨੇ। ਅੱਛਾ ਉਹ ਉੱਥੇ ਸੁਣਾਵਾਂਗਾ ਤੁਹਾਨੂੰ। ਸਾਡੇ ਰਿਸ਼ਤੇਦਾਰ ਤੁਸੀਂ ਵੀ ਬਲਕਿ ਜਾਣਦੇ ਹੀ ਹੋਗੇ। ਇੱਕ ਸਾਡੇ ਰਿਸ਼ਤੇਦਾਰ ਨੇ, ਜ਼ਿਆਦਾਤਰ ਰੈਲੇਟਿਵ ਜਿਹੜੇ ਨਾ, ਆ ਮੈਂ ਨੌਕਰ ਹਾਂ ਤੁਹਾਡਾ। ਕਿਹੜੀ? ਅੱਛਾ ਚਲੋ ਸੁਣਾ ਦੇਣਾ, ਇਹ ਮਾਤਮੀ ਦਾ ਹੁਕਮ ਹੈ, ਕਿਉਂਕਿ ਇਹ ਜਸ਼ਨ ਦੀ ਸੀ ਨਾ, ਅਤੇ ਉਹਨਾਂ ਦਾ ਹੁਕਮ ਪੂਰਾ ਕਰ ਦੇਵਾਂ। ਚਲੋ ਪਹਿਲੀ ਲਾਈਨ 'ਤੇ ਵੇਖ ਲਾਂਗੇ, ਇਹ ਵੀ ਨਾਲ ਦੱਸਦੇ ਨੇ। ਪੂਰੀ ਕਰ ਲੈ ਤੂੰ, ਪੂਰੀ ਕਰ ਲੈ ਤੂੰ ਦਿਲ ਦੀ ਸਲਾਮਤ ਰੱਖੇ। ਹੁਣ ਤੁਹਾਡਾ ਹੁਕਮ ਹੈ, ਸ਼ੇਰ ਤੁਹਾਡੇ ਵਾਸਤੇ ਪੜਨ ਲੱਗਾ ਬਗੈਰ ਨਸਰ ਤੋਂ ਹਰ ਇੱਕ ਵਾਸਤੇ। ਮੇਰੀ ਮੰਨ ਲੈ ਤੂੰ ਵੈਰ ਦਿਲੋਂ ਕੱਢਿਆ ਰੇਟ ਲੱਭਣਾ ਨਹੀਂ ਤੈਨੂੰ ਫਿਰ ਇਵਜ਼ ਖਰੀ ਜਗ ਤੇ ਹੁਸੈਨ ਆ ਗਏ। ਮਾਲਿਕ ਤੁਹਾਨੂੰ ਸਲਾਮਤ ਰੱਖੇ। ਹੁਣ ਜੈਸਾ ਇਸਤਕਬਾਲ ਤੁਸੀਂ ਕੀਤਾ ਹੈ, ਜੇ ਕੰਮ ਸਿਰਫ ਹੀ ਕਰਾਂ ਤੇ ਮੇਰੇ ਤੋਂ ਵੱਡਾ ਲਾਂਤੀ ਕੋਈ ਨਹੀਂ, ਮੈਂ ਮੰਨਣ ਨਾਲ ਲਾਂਤੀਆਂ ਤਾਂ ਨਹੀਂ, ਮੇਰੀ ਸਿਹਤ ਹੀ ਉਹ ਨਹੀਂ ਨਾ, ਮੈਂ ਹੱਥ ਪੂੰਝ ਸਕਦਾ ਇੱਥੇ ਤੱਕ, ਨਾ ਮੇਰਾ ਉੱਥੇ ਤੱਕ ਢਿੱਡ। ਮੈਂ ਮਾਤਮੀ ਹਾਂ, ਸ਼ੇਰ ਤੁਹਾਡੇ ਵਾਸਤੇ ਪੜਨ ਲੱਗਾ, ਹੁਣ ਤੁਸੀਂ ਚੁੱਪ ਬੈਠੇ ਰਹੋ, ਤੁਹਾਡੀ ਆਪਣੀ ਮਰਜ਼ੀ ਹੈ। ਇਹਨੇ ਧਰਤੀ ਨੂੰ ਅਰਸ਼ ਬਣਾਉਣਾ ਰੱਬ ਨੇ ਵੀ ਆਣਾ ਮਰ ਮੁੱਕ ਜਾਣੀ ਨਸਲੇ ਯਜ਼ੀਦ ਜਗਦੇ ਹੁਸੈਨ ਅਲੀ 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 ਵੱਲ ਬੋਲੋ। ਮਾਤਮੇ ਦਾ ਹੁਕਮ, ਮੈਂ ਨੌਕਰ ਤੁਹਾਡਾ। ਮਾਲਿਕ ਤੁਹਾਨੂੰ ਸਲਾਮਤ ਰੱਖੇ। ਲੋ ਤੁਹਾਡਾ ਅਗਲਾ ਹੁਕਮ ਵੀ ਪੂਰਾ ਕਰ ਦਿਆਂ ਤਾਂ ਕਿ ਨਾਰਾਜ਼ ਨਾ ਹੋਵੋ ਹੈ। ਤਾਬੀਰ ਸਜਦੇ ਹਸੀਂ ਖਾਬੋਂ ਕੀ ਹੈ ਤਾਬੀਰ ਸਜਦੇ ਮੇਂ ਮਿਲਾ ਗਾਜ਼ੀ ਤੋ ਜ਼ੈਨਬ ਔਰ ਹੈ ਸ਼ਬੀਰ ਸਜਦੇ ਮੇਂ
ਬਹੁਤ ਬੜਾ ਚਲੋ ਜਿੰਨਾ ਸਾਰੇ ਪੜੋ ਤਾਂ ਸਾਰੇ ਦੀ ਦੁਆ ਕਬੂਲ ਹੋਵੇ ਅੱਜ ਨਾਸ ਕੀ ਸੂਰਤ ਯੇ ਲਗਤਾ ਹੈ ਉਤਰ ਆਯਾ ਖੁਦਾ ਅਬਾਸ ਕੀ ਸੂਰਤ ਆਪਣੇ ਮਾਤਮੀ ਨੂੰ ਨਾਲ ਮਿਲਾ ਕੇ ਆਪਣੇ ਹਲਾਲੀ ਹੋਣ ਦਾ ਸਬੂਤ ਦਿਆਂ ਤੇ ਆਇਲੀ ਆਇਲੀ ਹਾਂ ਮੁਹੰਮਦ ਨੇ ਵਾਜਿਬ ਜਿਸੇ ਕਹਿ ਦਿਆ ਹੈ ਕਬਰੇ ਹੁਸੈਨ ਤੇ ਖਲੋਤਾ ਤੁਸੀਂ ਜੀਓ ਇਹ ਸ਼ੇਰ ਦਾ ਲੁਤਫ ਲਿਆ ਤੁਸੀਂ ਮੈਨੂੰ ਖਰੀਦ ਲਿਆ ਕਬਰੇ ਹੁਸੈਨ ਤੇ ਖਲੋਤਾ ਮੇਰਾ ਹੱਕ ਬਣਦਾ ਨਾ ਮੈਂ ਆਪਣੇ ਹਲਾਲੀ ਹੋਣ ਦਾ ਸਬੂਤ ਦਿਆਂ ਤਾਂ ਕਿ ਮਾਤਮੀ ਦੁਆ ਕਰਨ ਹੁਣ ਆਓ ਇਹਨਾਂ ਦਾ ਵੀ ਹੱਕ ਬਣਦਾ ਕਬਰੇ ਹੁਸੈਨ ਦੇ ਅੱਗੇ ਬੈਠੇ ਨੇ ਮੁਹੰਮਦ ਨੇ ਵਾਜਿਬ ਜਿਸੇ ਕਹਿ ਦਿਆ ਹੈ ਜਿਸ ਬੰਦੇ ਦੀ ਸ਼ਕਲ ਉਤਰ ਜਾਵੇ ਉਹ ਘਰ ਜਾ ਕੇ ਤਸਦੀਕ ਕਰੇ ਮੇਰੇ ਨਾਲ ਨਾ ਲੜੇ ਮੁਹੰਮਦ ਨੇ ਵਾਜਿਬ ਜਿਸੇ ਕਹਿ ਦਿਆ ਹੈ ਮੁਹੰਮਦ ਨੇ ਵਾਜਿਬ ਜਿਸੇ ਕਹਿ ਦਿਆ ਹੈ ਮੁਹੰਮਦ ਨੇ ਵਾਜਿਬ ਜਿਸੇ ਕਹਿ ਦਿਆ ਹੈ ਸ਼ਰੀਅਤ ਮੇ ਬਸ ਵੋ ਅਲੀ ਕੀ ਮਿਲਾ ਹੈ ਵਾਜਿਬ ਜਿਸੇ ਕਹਿ ਦਿਆ ਹੈ ਸ਼ਰੀਅਤ ਮੇ ਬਸ ਵੋ ਅਲੀ ਕੀ ਮਿਲਾ ਹੈ ਸ਼ਰੀਅਤ ਮੇ ਬਸ ਵੋ ਅਲੀ ਕੀ ਮਿਲਾ ਹੈ ਅਲੇ ਮੁਸਤਹਬ ਹੈ ਤੋ ਫਿਰ ਅਬ ਖੁਦਾ ਨੇ ਅਲੇ ਮੁਸਤਹਬ ਹੈ ਤੋ ਫਿਰ ਅਬ ਖੁਦਾ ਨੇ ਇਸੇ ਅਬ ਨਵਾਜਿਬ ਕਿਉਂ ਚਿਹਰਾ ਦਿਆ ਹੈ ਹੱਕ ਅਦਾ ਕੀਤਾ ਤੁਸੀਂ ਅੱਲਾ ਜ਼ਿੰਦਗੀ ਕਰੇ ਚਾਚਾ ਮੈਂ ਸ਼ੇਰ ਪੜ੍ਹਨਾ ਨਹੀਂ ਸੀ ਲੇਕਿਨ ਤੁਹਾਡੇ ਇਸਤਕਬਾਲ ਨਾਲ ਸ਼ੇਰ ਪੜ੍ਹਨਾ ਚਾਹ ਰਿਹਾ ਤੁਸੀਂ ਜੀਓ ਜੀਓ ਤੁਸੀਂ ਜਿਸ ਇਸਤਕਬਾਲ ਤੁਸੀਂ ਕੀਤਾ ਹੈ ਹੱਕ ਅਦਾ ਕੀਤਾ ਹੈ ਲੋਕ ਪੰਜ ਬੰਦੇ ਖੜੇ ਹੋਏ ਜੀਓ ਪੰਜ ਬੰਦੇ ਚਾਹੀਦੇ ਸਨ ਪੰਜ ਖਲੋਤੇ ਨੇ ਆਓ ਹੁਣ ਦੇਖੀਏ 72 ਵੀ ਹੈ ਨੇ ਇਹਨਾਂ ਵਿੱਚੋਂ ਹੈ ਨੇ ਸ਼ੇਰ ਮੈਂ ਪੜ੍ਹਨ ਲੱਗਾ ਬਗਾਏ ਨਸਰ ਤੋਂ ਹਰ ਬੰਦੇ ਨੂੰ ਵੇਖਣ ਲੱਗਾ ਜਿਤਨੇ ਮਾਤਮੀ ਬੈਠੇ ਹੋ ਔਰ ਜਿਹੜੇ ਖਲੋਤੇ ਸੋ ਆਓ ਰਲ ਕੇ ਸਾਰੇ ਦੀ ਜ਼ਿਆਰਤ ਕਰੀ ਗੱਲ ਕਰੀ ਆਖਣ ਲੱਗਾ ਅਲੀ ਕੀ ਨਬੀ ਕੋ ਜ਼ਿਆਰਤ ਨਾ ਹੋਤੀ ਨਬੀ ਕੀ ਮੁਕੰਮਲ ਇਬਾਦਤ ਨਾ ਹੋਤੀ ਮਾਲਿਕ ਤੁਹਾਨੂੰ ਸਲਾਮਤ ਰੱਖੇ ਨਾਲਾਇਨ ਸਾਹਿਬ ਜੀਓ ਤੁਸੀਂ ਜੀਓ ਮਾਲਿਕ ਤੁਹਾਨੂੰ ਸਲਾਮਤ ਰੱਖੇ ਹਲਾਲੀ ਬੋਲੋ ਹੈ ਵਰੀ ਲਾਲੀ ਅਲੈਹ ਸਲਾਤੁ ਸਲਾਮ ਹੁਣ ਸ਼ੇਰ ਤੁਸੀਂ ਪੂਰਾ ਆਖ ਰਹੇ ਹੋ ਕਿਬਲਾ ਇਕਬਾਲ ਸ਼ਾਹ ਸਾਹਿਬ ਮੂੰਹ ਬੋਲ ਕੇ ਦੱਸਦੇ ਲੇਕਿਨ ਮੈਂ ਇਸ਼ਾਰਾ ਤਨ ਗੱਲ ਆਖਣੀ ਹੈ ਤਾਂ ਕਿ ਕਿਸੇ ਦਾ ਦਿਲ ਨਾ ਦੁਖੇ ਸਜ਼ਾ ਹਰ ਬੰਦੇ ਦੇ ਦੇਣ 'ਚ ਸਜ਼ਾ ਹਰ ਬੰਦੇ ਦੇ ਦੇਣ 'ਚ ਸਜ਼ਾ ਲੱਭਦੀ ਕਿਵੇਂ ਹੁਣ ਤਵੱਜੋ ਰਹੇ ਮੇਰੇ ਪਾਸੇ ਦੇਖਣਾ ਪਹਿਲੇ ਖਾਲਿਕ ਬੁਲਾ ਰਿਹਾ ਸੋਹਣੀ ਜ਼ੁਲਫਾਂ ਵਾਲਿਆ ਤੇਰੀ ਜ਼ੁਲਫਾਂ ਦੀ ਤਾਰੀ ਕੀ ਉਧਾਰੀ ਲੈ ਕੇ ਮੈਂ ਰਾਤ ਬਣਾਈ ਸੋਹਣੇ ਚਿਹਰੇ ਵਾਲਿਆ ਤੇਰੇ ਚਿਹਰੇ ਤੇ ਨੂਰ ਤੋਂ ਮੈਂ ਕਾਇਨਾਤ ਦੇ ਹਰ ਜਹਾਨ ਨੂੰ ਰੋਸ਼ਨ ਕੀਤਾ ਹੈ ਦੋ ਜਹਾਨ ਉਹਨਾਂ ਨੇ ਹਰ ਜਹਾਨ ਨੂੰ ਰੋਸ਼ਨ ਕੀਤਾ ਹੈ ਤੇਰੇ ਮਾਥੇ ਦੇ ਪਸੀਨੇ ਤੋਂ ਮੈਂ ਨਬੀ ਖਲਕ ਕੀਤੇ ਤੇਰੇ ਪੈਰਾਂ ਦੇ ਪਸੀਨੇ ਤੋਂ ਮੈਂ ਔਲੀਆ ਖਲਕ ਕੀਤੇ ਉਹ ਮੇਰਾ ਮਹਿਬੂਬ ਉਹ ਮੇਰਾ ਸੋਹਣਾ ਉਹ ਮੇਰਾ ਮਹਿਬੂਬ ਉਹ ਮੇਰਾ ਸੋਹਣਾ ਯਾਸੀਨ ਤਾਹਾ ਮੁਜ਼ੰਮਲ ਮੁਦੱਸਰ ਆਪਣੇ ਮਹਿਬੂਬ ਦੀ ਸ਼ਾਨ 'ਚ ਪੂਰਾ ਕੁਰਾਨ ਨਾਜ਼ਿਲ ਕਰ ਦਿੱਤਾ ਲੇਕਿਨ ਅੱਜ ਉਹਦਾ ਯਾਦ ਦਿਲਾ ਕੇ ਖਾਲੇ ਗੱਲ ਕਿਹੜੀ ਆਖੀਏ ਯੇ ਮਨ ਕੁਲ ਦਾ ਮੌਲਾ ਕੈਲਾਨ ਕਰ ਦੋ ਮੁਕੰਮਲ ਮੇਰਾ ਅੱਜ ਕੁਰਾਨ
بھائی حکم دی دھمال پڑھ دیا، ایک منٹ بہ جانا دھمال سن لینا پھر چلے جانا، یا علی یا علی، اگلی بار چھڈن لگا، ایک منٹ دے دو بس۔ وہ سارے رشتے دار نے، کافی ریلیٹو ڈاکٹر نے، انہوں نے کوئی بچہ آئے نا، کوئی بڑا آئے، انہوں کہتے منہ کھول، آ آ کر، نہیں تو نہیں آخیا تھی کھول لیا، وہ آدھے نے وہ منہ چ رکھتے ہیں ایک تھرمامیٹر، منہ چ رکھے منہ ایک منٹ بند رکھ، وہ منہ بند رکھتا کھولی نا، چپ کر، اور چپ کر دے، اچھا دے بار جڑے ڈر گئے مجھے معاف کر دینا، وہ تین تو ایک سوتے نے بخار ہے جی، وہ بخار واسطے تھرمامیٹر رکھتے ہیں، میں علاج دینے واسطے تھرمامیٹر رکھا، ادھر میرے نال سینئر ڈاکٹر، جتنے سینئر ڈاکٹر نے ادھر میرے نال لڑنا ہے، یاد رکھا، ہاں نام علی دا، 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 جڑا جپدا ہے، جڑا جپدا ہے ہوندا ہے غلام علی دا، جڑا جپدا ہے ہوندا ہے غلام علی دا، اس دنیا دے سخی تے ولیاں وچوں، اس دنیا دے سخی تے ولیاں وچوں، اچا رب نے بنایا ہے مقام علی دا، ایک دو تین چار پانچ ڈاکٹر کھڑے ہوئے، آؤ ایک کام کرنا پہ رہے، اپنا منہ کھولنا، تھرمامیٹر میں رکھنے لگا، آ بند کرو، ہوں کام کرنے لگے، مجبوری بن گئی ہے، نالا ان شاہ جی تو لے کے، میرے بھیڑا تو لے کے، ساؤنڈ والے بھیڑا تو لے کے، ماتمیا تو لے کے، اداداروں تو لے کے، کم مجبوری نہ بن کے جا کر کام کہڑے کریے رائے جی، جان کریے تو، جان کریے، 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 اے حلال تے حرام دی پہچان کریے، اے حلال تے حرام دی پہچان کریے، او خوش ہو کے اٹھ کے تے نارا لاوے گا، او خوش ہو کے اٹھ کے تے نارا لاوے گا، جڑا جڑا بندہ کھاندا ہے توام علی دا، علی 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 دا مست کلندر، 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 علی علی مست کلندر، 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 م